बिस्मिल्लाह रहमान रहीम, अस्सलाम वालेकुम दोस्तों, की हाल चाल ने सारे दोस्त। जिन्हें दोस्त 125 150 चलाने वाले लोग ने ना, उन्होंने वास्ते गुड न्यूज़ है। नवा मॉडल लॉन्च करता होंडा ने तो बहुत ही खूबसूरत है, जरा चेक करो जी। घुमाओ घुमाओ घुमाओ, इंपोर्टेड गड्डी है जी। माशाल्लाह हर चीज़ बड़ी खूबसूरत है तो पाएदार है। साढ़े नाल मौजूद ने जी भाई अमजद साहब, जुरेज होंडा सेंटर के मैनेजर साहब ने साढ़े नाल, मदीना टाउन कसूर। इन्होंने तेरा गप शप लाने भाई अमजद, की हाल है? ये गड्डी जी भाई साहब दस दे पे 2024 मॉडल लॉन्च कर दिता है। मतलब एडवांस कोई डेमो शेम देता होंडा कंपनी ने? हाँ जी, एडवांस कोई भी मॉडल है हमेशा, वो तुम्हें पता है 7वें 8वें महीने लॉन्च हो जाते हैं। हाँ जी, इनशाला एवं 70 का 125 का मॉडल भी नैक्सट महीने में आ जाए। होंडा का पहले भी कोई 150 मॉडल आया सी? हाँ जी, पहले 150 मॉडल चलता पे स्पेशल स्पेशल ਇਹਦੇ ਵਿੱਚ ਨਾ ਬਲੂ ਕਲਰ ਪਾਇਆ ਨੇ। ਅੱਛਾ, ਇਹ ਬਲੂ ਕਲਰ ਬਾਰ ਫਲੈਕਸ ਲੱਗੀ ਹੈ। ਹਾਂਜੀ, ਇਹਦੇ ਬਲੂ ਕਲਰ ਤੇ ਰਿਮ ਜਿਹੜੇ ਨਾ ਉਹ ਹੈਗੇ ਨੇ ਪੀਲੇ ਕਲਰ ਦੇ ਬਣਾਏ ਉਹਨਾਂ ਨੇ। ਕੀ ਅੱਛਾ, ਉਹਦੇ ਰਿਮ ਵੀ ਮਤਲਬ ਇਸ ਤਰ੍ਹਾਂ ਦੇ ਨੇ? ਹਾਂਜੀ, ਇਹਨਾਂ ਤੇ ਉਹਦਾ ਥੋੜਾ ਰੇਟ ਦਾ ਫਰਕ ਹੁੰਦਾ ਹੈ, 4000 ਰੁਪਏ ਦਾ ਫਰਕ ਹੁੰਦਾ ਹੈ। ਇਹ ਬਲੈਕ ਤੇ ਰੈੱਡ ਗੱਡੀ ਜਿਹੜੀ ਹੈ ਇਹਨਾਂ ਤੇ ਹੁੰਦਾ, ਦੂਸਰੀ ਗੱਡੀ ਨੀਲੇ ਕਲਰ ਦੀ ਦਾ ਤੇ ਸਿਲਵਰ ਕਲਰ ਦੀ ਕਾਰ ਹੈ। चार कलर इन चाहिए। ये माशाल्लाह बड़ी खूबसूरत बनाई हुई है, अभी बाइक तरह बनी है। अरे बड़ी अच्छी है नी माइलेज जी, जेडी पेट्रोल दी एवरेज है वो कम से कम 60-65 है। 60-65 किलोमीटर का दी। बड़ी अच्छी है दी एवरेज है। 150 इंपोर्टेड गड्डी है, सारी इंपोर्ट बाहरों इंपोर्ट हुंदी, जापान बेसिकली होंडा हैगा ही, जापान ते पाकिस्तान दी जेड़े ना वो मुश्तरका है। हां जी, जापानीज लोग जेड़े ने ना वो बनाते हैं ए गड्डी जेड़ी ना इंपोर्टेड बड़ी गड्डी जेड़ी नहीं, बाहरों जापान उतनो असेंबल हो गया। अच्छा, आ एक ना ए लगा होया इंदे ते, ए लॉक एक लगा होया, लॉक सारे लॉक लगा है, ये चाबी नाल ही है, ये चाबी दे विच सेंसर लगा हुंदा है। अच्छा, इस चाबी दे विच, ये चाबी तो बगैर किसी और चाबी नाल ये लॉक अगर तुसी बंद करदा ते तुहाडी ਇਹਨੂੰ ਹੱਥ ਨਾਲ ਖੋਲੀ ਜਾਓ, ਕਦੀ ਵੀ ਨਹੀਂ ਖੁੱਲੇਗਾ ਤੇ ਨਾ ਹੀ ਕਿਸੇ ਹੋਰ 150 ਚਾਬੀ ਇਹਨੂੰ ਲੱਗੇਗੀ। ਇਹਦੇ ਮਗਰ ਜਿਹੜਾ ਸੈਂਸਰ ਲੱਗਾ ਇਹਨੂੰ ਸੈਂਸਰ ਨੂੰ ਇਸਤੇਮਾਲ ਕਰਾਂਗੇ ਇਹਦੇ ਵਿੱਚ, ਫੇਰ ਹੀ ਇਹਨੂੰ ਓਪਨ ਹੋਵੇਗਾ। ਇਹ ਜੀ ਬਹੁਤ ਸੈਂਸਿਟਿਵ ਕਰਤਾ, ਸਿਕਿਉਰਿਟੀ ਦੇ ਹਵਾਲੇ ਨਾਲ ਇਹਨੂੰ ਬਹੁਤ ਸਟਰੋਂਗ ਕਰ ਦਿੱਤਾ ਹੈ। ਇੱਕ ਸੈਂਸਰ ਲੱਗਾ ਹੋਇਆ ਹੈ ਚਾਬੀ ਦੇ ਵਿੱਚ, ਜਿਵੇਂ ਤੁਸੀਂ ਜਿੰਨੀ ਦੇਰ ਇਹ ਚਾਬੀ ਨੂੰ ਇਹ ਸੋਚ ਜਿਹੜਾ ਸੈਂਸ ਨਹੀਂ ਕਰੇਗਾ ਉਨੀ ਦੇਰ ਤੱਕ ਅਨਲਾਕ ਨਹੀਂ ਹੋਏਗੀ। ਅਸੀਂ ਡੁਪਲੀਕੇਟ ਚਾਬੀ ਬਣਵਾਉਣੇ ਵੀ ਆ ਤੇ ਸੈਂਸਰ ਨਹੀਂ ਮਿਲੇਗਾ, ਸਿਰਫ ਸੋਚ ਲੱਗ ਸਕਦਾ ਹੈ ਇਹ ਵਾਲੀ ਚੀਜ਼ ਦੇ ਜੀ ਓਰੀਜਨਲ ਚਾਬੀ ਸੀ। ਮਾਸ਼ਾ ਇਹ ਬਹੁਤ ਮਤਲਬ ਅੱਛੀ ਚੀਜ਼ ਹੈ ਤੇ ਸਿਕਿਉਰਿਟੀ ਵਾਸਤੇ ਬਹੁਤ ਆਲਾ ਚੀਜ਼ ਹੈ। ਮਤਲਬ ਇਹ ਅਗਰ ਸੈਂਸਰ ਖਰਾਬ ਹੋ ਜਾਂਦਾ ਹੈ ਜਾਂ ਮਿਸਪਲੇਸ ਹੋ ਜਾਂਦੀ ਹੈ ਇਹਦੀ ਚਾਬੀ, ਇਹ ਫਿਰ ਕੰਪਨੀ ਤੋਂ ਮਤਲਬ ਮਿਸਪਲੇਸ ਹੋ ਜਾਂਦੀ ਹੈ, ਇਹ ਕੰਪਨੀ ਤੋਂ ਦੁਬਾਰਾ ਲੈਣਾ ਪਵੇਗਾ। डिस्क ब्रेक है जी, बड़ी जबरदस्त जी, तकरीबन होंडा ने अपनी गड्डिया दी हुई है होंडा स्विक। अच्छा भाई अमजद, इनका सेंसर काफी वड्डा लगा होया, जिवें 125 की आवाज है उस तरह की आवाज है कहीं बिल्कुल साइलेंट आवाज, कहीं साइलेंट आवाज है। 125 की आवाज ਅਸੀਂ ਪਾਕਿਸਤਾਨੀ ਪਸੰਦ ਕਰਨੇ ਆ, ਇਹ ਬੇਸਿਕਲੀ ਬਾਹਰ ਇੰਪੋਰਟਡ ਗੱਡੀ ਹੈ। ਹਾਂਜੀ, ਜਾਪਾਨੀ ਇੰਪੋਰਟਡ ਲੋਕ ਜਿੰਨੇ ਵੀ ਨੇ ਨਾ ਉਹ ਸਾਊਂਡਲੈਸ ਗੱਡੀ ਇਸਤੇਮਾਲ ਕਰਦੇ ਨੇ। ਸਹੀ ਹੈ, ਇਹਨੀ ਸਾਊਂਡ ਬਿਲਕੁਲ ਸਟਾਰਟ ਖੜੀ ਗੱਡੀ, ਤੁਸੀਂ ਕੋਲ ਖੜੇ ਹੋ ਤੁਹਾਨੂੰ ਮਹਿਸੂਸ ਨਹੀਂ ਹੋਏਗੀ ਆਵਾਜ਼। ਅਸਲ ਇਹਨੂੰ ਰੇਸ ਵੀ ਦੇਣੇ ਆ ਤੇ ਬਲਕਿ ਬੜੀ ਸਮੂਥਲੀ ਜੀ ਹਲਕੀ ਜੀ ਆਵਾਜ਼ ਆਏਗੀ। ਸਲੈਂਸਰ ਕਾਫੀ ਵੱਡਾ ਲੱਗਾ ਹੋਇਆ ਹੈ, ਲੇਕਿਨ ਭਾਈ ਅਮਜਦ ਕਹਿੰਦੇ ਬਨੇ ਆਵਾਜ਼ ਇੰਦੀ ਨਹੀਂ ਆਦੀ ਤੇ ਦੋਸਤੋ ਇਹ ਅਸੀਂ ਇਨਸ਼ਾਅੱਲਾ ਇਹਦਾ ਮੁਕੰਮਲ ਰਿਵਿਊ, ਇਹਦੇ ਸਾਰੇ ਪਾਰਟਸ ਸਭ ਕੁਝ ਅਸੀਂ ਇਨਸ਼ਾਅੱਲਾ ਤੁਹਾਨੂੰ ਜਲਦੀ ਇਹਦਾ ਮੁਕੰਮਲ ਰਿਵਿਊ ਦੇਵਾਂਗੇ, ਇਹਦਾ ਕੰਪੈਰੀਜ਼ਨ ਵੀ ਦੇਵਾਂਗੇ 125 ਨਾਲ। ਸਾਡੀ ਵੀਡੀਓ ਪਸੰਦ ਆਈ ਹੈ ਤਾਂ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ, ਸਾਡੇ ਚੈਨਲ ਸਬਸਕ੍ਰਾਈਬ ਕਰ ਲਓ, ਕਿਉਂਕਿ ਚੈਨਲ ਸਬਸਕ੍ਰਾਈਬ ਕਰੋਗੇ ਤਾਂ ਸਾਡੀ ਤੇ ਤੁਹਾਡੀ ਮੁਲਾਕਾਤ ਹੁੰਦੀ ਰਹੇਗੀ, ਮੁਲਾਕਾਤ ਹੋਵੇਗੀ ਤਾਂ ਇਨਸ਼ਾਅੱਲਾ ਤੁਹਾਨੂੰ ਅੱਛੀਆਂ ਅੱਛੀਆਂ ਨਵੀਆਂ ਨਵੀਆਂ ਵੀਡੀਓ ਮਿਲਦੀਆਂ ਰਹਿਣਗੀਆਂ। ਬਹੁਤ ਮਿਹਰਬਾਨੀ, ਅੱਲਾ ਹਾਫਿਜ਼।